ਸਤਿ ਸ਼੍ਰੀ ਅਕਾਲ। ਪੰਜਾਬ ਸਿੰਘ ਦੇ ਚੈਨਲ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਅਤੇ ਆਪਾਂ ਗੱਲ ਤਿਆਰੀ ਕਰ ਰਹੇ ਹਾਂ ਜੀ UGC ਨੈੱਟ ਪੰਜਾਬੀ ਅਤੇ ਮਾਸਟਰ ਕੇਡਰ ਅਤੇ ਪੰਜਾਬੀ ਦੇ ਵਿੱਚ ਜਿਹੜੀਆਂ ਤੁਹਾਡੇ ਵੀਡੀਓ ਸਾਡੀਆਂ ਕੰਮ ਆ ਰਹੀਆਂ ਨੇ ਜੀ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ, ਖਾਸ ਤੌਰ 'ਤੇ ਚੈਨਲ ਬਾਰੇ ਅਤੇ ਜਿਹੜੇ ਨੋਟਸ ਬਾਰੇ ਤੁਹਾਡੇ ਸਵਾਲ ਆ ਰਹੇ ਨੇ ਜੀ ਵਾਰ। ਪਹਿਲੀ ਗੱਲ ਤਾਂ ਜਿਹੜੇ ਨੋਟਸ ਦੇ ਬਾਰੇ ਅਸੀਂ ਗੱਲ ਕਰਨੀ ਤੁਹਾਡੇ ਨਾਲ ਕਿ ਤੁਹਾਡੇ ਤੱਕ ਕਿਵੇਂ ਪਹੁੰਚਦੇ ਹੋਣਗੇ ਉਹ ਵੀ ਗੱਲ ਕਰਾਂਗੇ, ਪਰ ਉਹਦੇ ਨਾਲ ਨਾਲ ਇੱਕ ਖਾਸ ਗੱਲ ਜਿਹੜੀ ਜ਼ਰੂਰੀ ਹੈ ਚੈਨਲ ਬਾਰੇ। ਅਤੇ ਜਿਹੜਾ ਕਿ ਅਗਸਤ ਦਾ ਮਹੀਨਾ ਸਾਡੇ ਕੋਲ ਇਸ ਵਾਰ, ਕਿਉਂਕਿ ਜਦੋਂ ਸ਼ੁਰੂ ਕੀਤਾ ਸੀ ਚੈਨਲ ਇਹ ਤਾਂ ਕੁਝ ਕੁ ਬੱਚਿਆਂ ਦੀ ਪ੍ਰੋਬਲਮ ਸੀ, ਜਿਹੜੀ ਸਮੱਸਿਆ ਸੀਗੀ ਉਹਨੂੰ ਹੱਲ ਕਰਨ ਲਈ, ਉਹਦੀ ਵਿਆਕਰਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਹ ਚੈਨਲ ਬਣਾਇਆ ਸੀਗਾ। ਪਰ ਹੌਲੀ 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 ਜਿਵੇਂ ਯੂਟਿਊਬ 'ਤੇ ਤੁਹਾਡੇ ਨਾਲ ਰਾਬਤਾ ਬਣਦਾ ਗਿਆ ਅਤੇ ਪਤਾ ਲੱਗਿਆ ਕਿ ਯੂਟਿਊਬ ਦੇ ਵੀ ਕੁਝ ਨਿਯਮ ਨੇ, ਅਤੇ ਉਹਨਾਂ ਨਿਯਮਾਂ ਦੇ ਮੁਤਾਬਕ ਜੇ ਅਸੀਂ ਉਹ ਨਿਯਮਾਂ ਨੂੰ ਅਗਸਤ ਮਹੀਨੇ ਤੱਕ ਪੂਰਾ ਕਰਦੇ ਹਾਂ ਤਾਂ ਆਪਣਾ ਇਹ ਚੈਨਲ ਹਮੇਸ਼ਾ ਲਈ ਚੱਲਦਾ ਰਹੂਗਾ, ਤੁਹਾਡੇ ਨਾਲ ਸਾਂਝ ਬਣਾਉਂਦੇ ਰਹਾਂਗੇ। ਇੱਕ ਅਗਸਤ ਮਹੀਨੇ ਦੇ ਕੁਝ ਦਿਨ ਨੇ, ਜੇ ਥੋੜ੍ਹਾ ਜਿਹਾ ਹੰਭਲਾ ਤੁਸੀਂ ਮਾਰੋ ਤਾਂ ਅਸੀਂ ਕੋਸ਼ਿਸ਼ ਕਰਾਂਗੇ ਮਿਹਨਤ ਕਰਵਾਉਣ ਦੀ, ਵੀਡੀਓ ਲੈ ਕੇ ਆਉਣ ਦੀ। ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ, ਤੁਹਾਡਾ ਫਰਜ਼ ਬਣਦਾ ਗਾ ਵੱਧ ਤੋਂ ਵੱਧ ਦੋਸਤਾਂ ਨੂੰ ਨਾਲ ਜੋੜੋ, ਅਤੇ ਵੀਡੀਓ ਜਿੰਨੀ ਵੀ ਦੇਖਦੇ ਹੋ ਤੁਸੀਂ ਧਿਆਨ ਨਾਲ ਸਮਝਿਆ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਕਿਉਂਕਿ ਅਗਸਤ ਮਹੀਨੇ ਦੇ ਅਖੀਰ ਤੱਕ ਇਹਦਾ ਫੈਸਲਾ ਚੈਨਲ ਵੱਲੋਂ ਅਸੀਂ ਕਰ ਦੇਵਾਂਗੇ ਜੀ ਕਿ ਇਹ ਚੈਨਲ ਚੱਲਦਾ ਰਹੂਗਾ ਜਾਂ ਨਹੀਂ ਅੱਗੇ, ਕਿਉਂਕਿ ਜਿਹੜੀਆਂ ਯੂਟਿਊਬ ਦੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਸਾਡੇ ਕੋਲ ਅਗਸਤ ਦਾ ਮਹੀਨਾ ਗਾ ਜੀ। ਅਤੇ ਇਹਨੂੰ ਬੇਨਤੀ ਮੰਨ ਲਓ ਜਾਂ ਇਹਨੂੰ ਭਾਈਚਾਰਕ ਤੌਰ 'ਤੇ ਇੱਕ ਆਪਣੇ ਵਿਚਾਰ ਸਾਂਝ ਬਣਾ ਲਓ, ਅਤੇ ਇਹ ਗੱਲ ਜ਼ਰੂਰ ਕਰਨੀ ਕਿ ਵੱਧ ਤੋਂ ਵੱਧ ਦੋਸਤਾਂ ਨੂੰ ਅੱਗੇ ਜੋੜੋ ਜਿੰਨੇ ਤੁਹਾਡੇ ਸੋਸ਼ਲ ਮੀਡੀਆ 'ਤੇ ਅਕਾਊਂਟ ਨੇ, ਅਤੇ ਉਹਨਾਂ ਦੇ ਰਾਹੀਂ ਵੱਧ ਤੋਂ ਵੱਧ ਦੋਸਤਾਂ ਨੂੰ ਜੋੜੋ। ਅਤੇ ਜਿਹੜੀ ਅਗਲੀ ਗੱਲ ਆ ਨੋਟਸ ਜਿਹੜੇ ਤੁਸੀਂ ਕਹਿ ਰਹੇ ਹੋ ਵਾਰ ਵਾਰ, ਅਤੇ ਹਾਂਜੀ ਨੋਟਸ ਤੁਹਾਡੇ ਤੱਕ ਪਹੁੰਚਦੇ ਹੋਣਗੇ, ਉਹ ਵੀ ਸਤੰਬਰ ਮਹੀਨੇ ਤੋਂ ਬਾਅਦ। ਆਪਾਂ ਅਗਸਤ ਮਹੀਨੇ ਦੇ ਜਿਹੜੀਆਂ ਅਗਸਤ ਮਹੀਨੇ ਦੇ ਵਿੱਚ ਵੀਡੀਓ ਆਈਆਂ ਨੇ, ਅਗਸਤ ਮਹੀਨੇ ਦੇ ਵਿੱਚ ਵੀਡੀਓ ਪਾ ਰਹੇ ਹਾਂ ਜਿਹੜੇ ਉਹਦੇ ਵਿੱਚ ਅਸੀਂ ਸਵਾਲ ਕਰ ਰਹੇ ਹਾਂ, ਉਹਨਾਂ ਸਵਾਲਾਂ ਦੇ ਵੱਧ ਤੋਂ ਵੱਧ ਜਵਾਬ ਦੇਣ ਵਾਲੇ ਜਿਹੜੇ ਸਾਡੇ ਮੈਂਬਰ ਹੋਣਗੇ ਯੂਟਿਊਬ ਦੇ, ਉਹ ਹਰ ਰੋਜ਼ ਜਿਹੜੀ ਵੀਡੀਓ ਪਾਈ ਜਾ ਰਹੀ ਆ, ਵਾਰ ਵਾਰ ਹੀ ਧਿਆਨ ਦੇ ਵਿੱਚ ਦੇਖਿਆ ਜਾਵੇਗਾ ਕਿ ਕਿਹੜਾ ਅਜਿਹਾ ਸਰਗਰਮ ਮੈਂਬਰ ਹੈ ਜਿਹੜਾ ਹਰ ਰੋਜ਼ ਕੋਸ਼ਿਸ਼ ਕਰਦਾ ਸਵਾਲਾਂ ਦੇ ਜਵਾਬ ਦੇਣ ਦੀ। ਉਹਨਾਂ ਸਭ ਦੇ ਨਾਮ ਧਿਆਨ 'ਚ ਰੱਖੇ ਜਾਣਗੇ, ਅਤੇ ਅਗਸਤ ਮਹੀਨੇ ਵਾਲੇ ਸਤੰਬਰ ਮਹੀਨੇ ਦੇ ਵਿੱਚ ਦਿੱਤੇ ਜਾਣਗੇ ਜੀ ਨੋਟਸ, ਉਹਨਾਂ ਤੱਕ ਪਹੁੰਚਦੇ ਕੀਤੇ ਜਾਣਗੇ, ਅਤੇ ਸਤੰਬਰ ਦੇ ਅਗਲੇ ਮਹੀਨੇ ਜੇ ਚੈਨਲ ਚੱਲਦਾ ਰਿਹਾ ਤਾਂ। ਇਹ ਗੱਲਾਂ ਜ਼ਰੂਰੀ ਸੀਗੀਆਂ, ਅਤੇ ਅੱਗੇ ਆਉਣ ਵਾਲੇ ਟਾਈਮ ਤੱਕ ਜੇ ਚੈਨਲ ਵਧੀਆ ਚੱਲਦਾ ਰਿਹਾ ਆਪਣਾ ਅਗਸਤ ਮਹੀਨੇ ਤੋਂ ਬਾਅਦ ਵੀ ਤੁਹਾਡਾ ਸਾਥ ਬਣਿਆ ਰਿਹਾ, ਅਗਸਤ ਮਹੀਨੇ ਤੱਕ ਪਹਿਲਾਂ ਤਾਂ ਸ਼ਰਤਾਂ ਪੂਰੀਆਂ ਕਰਨੀਆਂ ਨੇ, ਅਤੇ ਫਿਰ ਅੱਗੇ ਆ ਕੇ ਆਪਾਂ ਤੁਹਾਡੇ ਨਾਲ ਤੁਹਾਡੇ ਜਿਹੜੇ ਖਾਸ ਸਾਡੇ ਸਰਗਰਮ ਮੈਂਬਰ ਹੋਣਗੇ ਉਹਨਾਂ ਤੱਕ ਕਿਤਾਬਾਂ ਵੀ ਪਹੁੰਚਦੀਆਂ ਕਰਾਂਗੇ ਕੁਝ ਖਾਸ। ਅਤੇ ਫਿਲਹਾਲ ਜਿਹੜੀ ਨੋਟਸਾਂ ਦੀ ਗੱਲ ਸੀ ਉਹ ਤਾਂ ਇਹੀ ਸੀਗੀ ਕਿ ਜਿਹੜੇ ਸਰਗਰਮ ਹੋਣਗੇ ਸਵਾਲਾਂ ਦੇ ਜਵਾਬ ਦੇਣਗੇ, ਹਰੇਕ ਮਹੀਨੇ ਬਾਅਦ ਦੂਜੇ ਮਹੀਨੇ ਦੇ ਵਿੱਚ ਉਹਨਾਂ ਤੱਕ ਨੋਟਸ ਪਹੁੰਚਦੇ ਕਰਨ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਜੀ। ਇਹ ਗੱਲਾਂ ਜ਼ਰੂਰੀ ਸੀਗੀਆਂ, ਅਤੇ ਹੁਣ ਆਪਾਂ ਡਾਕਟਰ ਜਗਤਾਰ ਬਾਰੇ ਜਿਹੜੀ ਗੱਲ ਕਰਨੀ ਆ, ਬੇਸ਼ੱਕ ਅੱਜ ਥੋੜ੍ਹੀ ਗੱਲ ਹੋਊਗੀ ਪਰ ਜਿਹੜੀ ਜ਼ਿਆਦਾ ਉਹਨਾਂ ਦੇ ਕਾਵਿ ਵਿਸ਼ਿਆਂ ਬਾਰੇ ਵੀ ਆਪਾਂ ਗੱਲ ਕਰਾਂਗੇ, ਕਿਤਾਬਾਂ ਨੇ ਜਿਹੜੀ ਉਹਨਾਂ ਦੀ ਉਹਨਾਂ ਬਾਰੇ ਵੀ ਗੱਲ ਕਰਨੀ ਆ। ਵੀਡੀਓ ਸ਼ੁਰੂ ਕਰਦੇ ਹਾਂ ਜੀ ਆਪਾਂ, ਕਿਉਂਕਿ ਜਿਹੜੀ ਮੁੱਢਲੀ ਜਾਣਕਾਰੀ ਹੁੰਦੀ ਹੈ ਜੀ ਤੁਸੀਂ ਆਮ ਪੜ੍ਹੀ ਹੋਣੀ ਹੈ, ਜਗਤਾਰ ਦਾ ਜਨਮ ਡਾਕਟਰ ਜਗਤਾਰ ਦਾ 23 ਮਾਰਚ 1935 ਨੂੰ ਹੁੰਦਾ ਜੀ, ਜਲੰਧਰ ਜ਼ਿਲ੍ਹੇ ਦੇ ਪਿੰਡ ਰਾਜ ਗੋਮਾਲ ਵਿੱਚ, ਅਤੇ ਇੱਕ ਮੱਧ ਸ਼੍ਰੇਣੀ ਗਰੀਬ ਕਿਸਾਨੀ ਪਰਿਵਾਰ ਦੇ ਵਿੱਚ, ਕਿਸਾਨੀ ਘਰਾਣੇ ਦੇ ਵਿੱਚ ਹੋਇਆ ਸੀਗਾ। ਅਤੇ ਸਾਡਾ ਪਹਿਲਾ ਸਵਾਲ ਇੱਥੇ ਹੀ ਆ ਕਿ ਜਿਹੜਾ ਡਾਕਟਰ ਜਗਤਾਰ ਸਾਡੇ ਕੋਲ ਪੰਜਾਬੀ ਸਾਹਿਤ ਦੇ ਵਿੱਚ ਨਾਮ ਆ, ਅਤੇ ਇਹ ਡਾਕਟਰ ਜਗਤਾਰ ਦਾ ਜਿਹੜਾ ਤਖਲਸ, ਇਹਨੇ ਪਹਿਲਾਂ ਸ਼ੁਰੂਆਤੀ ਸਾਹਿਤ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਸੀ ਉਹਨੇ ਇੱਕ ਤਖਲਸ ਵਰਤਿਆ ਸੀ, ਇੱਕ ਨਾਮ ਵਰਤਿਆ ਸੀ, ਉਪਨਾਮ ਵਰਤਿਆ ਸੀ ਆਪਣੇ ਨਾਮ ਨਾਲ, ਉਹ ਕੀ ਨਾਮ ਵਰਤਿਆ ਸੀ ਅਤੇ ਉਹ ਨਾਮ ਨੂੰ ਇਹਨੇ ਕਦੋਂ ਹਟਾਇਆ, ਇਹ ਦੋ ਸਵਾਲ ਤੁਹਾਡੇ ਲਈ ਪਹਿਲਾਂ ਹੀ ਸ਼ੁਰੂ ਦੇ ਵਿੱਚ ਬਣ ਚੁੱਕੇ ਨੇ ਜੀ, ਅਤੇ ਇਹਨਾਂ ਸਵਾਲਾਂ 'ਤੇ ਗੌਰ ਕਰਿਓ। ਅਗਲੀ ਗੱਲ, ਜਦੋਂ ਮੁਲਕ ਦੀ ਵੰਡ ਹੋਈ ਆ, ਕਿਉਂਕਿ 1935 'ਚ ਜਨਮ ਹੁੰਦਾ, ਅਤੇ ਮੁਲਕ ਦੀ ਵੰਡ ਵੇਲੇ ਆਪਣੀ ਭੈਣ ਕੋਲ ਸਿੱਖ ਬੁਰੇ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ, ਜਗਤਾਰ ਚੌਥੀ ਜਮਾਤ ਵਿੱਚ ਪੜ੍ਹਦਾ ਰਿਹਾ, ਉਸ ਤੋਂ ਵੰਡ ਤੋਂ ਬਾਅਦ ਉਹ ਭਾਰਤ ਵਿੱਚ ਆ ਗਏ, ਅਤੇ ਜਗਤਾਰ ਨੇ ਜੀ ਫਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੀ MA ਕੀਤੀ, ਤਿੰਨੇ ਭਾਸ਼ਾਵਾਂ ਦੇ ਵਿੱਚ ਜਗਤਾਰ ਨੇ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਕਈ ਵਾਰੀ ਇਹ ਪ੍ਰਸ਼ਨ ਵੀ ਬਣ ਜਾਂਦਾ ਗਾ। ਅਤੇ ਦਿੱਤਾ ਹੋ ਸਕਦਾ ਕਿ ਡਾਕਟਰ ਜਗਤਾਰ ਨੇ ਜਿਹੜੀ ਪੰਜਾਬੀ ਕੀਤੀ ਕਿਸ ਵਿਸ਼ੇ 'ਤੇ ਕੀਤੀ, ਵਿਕਲਪ ਹੋਣਗੇ ਫਾਰਸੀ, ਉਰਦੂ, ਪੰਜਾਬੀ, ਹਿੰਦੀ, ਸੰਸਕ੍ਰਿਤ, ਇਸ ਤਰ੍ਹਾਂ ਦੇ ਅਲੱਗ ਅਲੱਗ ਪਾ ਦੇਣਗੇ, ਅਤੇ ਉਹਦੇ ਵਿੱਚੋਂ ਅਸੀਂ ਦੇਖਣਾ ਕਿ ਹਾਂ ਇਹ ਤਿੰਨਾਂ 'ਤੇ ਕੀਤੀ ਹੋਈ, ਤਾਂ ਜੇ ਤੁਹਾਡੇ ਦਿਮਾਗ 'ਚ ਯਾਦ ਆ ਤਾਂ ਤੁਸੀਂ ਉੱਥੇ ਸਫਲ ਹੋ ਸਕਦੇ ਹੋ ਜੀ। ਅਗਲੀ ਗੱਲ ਜਿਹੜੀ ਕਰਨੀ ਸੀ, ਉਸਨੇ ਹੀਰ ਦਮੋਦਰ 'ਤੇ ਖੋਜ ਦਾ ਕੰਮ ਵੀ ਕੀਤਾ, ਅਸੀਂ ਕਾਵਿ ਸੰਗ੍ਰਹਿ ਵਾਲੇ ਜਾਵਾਂਗੇ, ਪਰ ਪਹਿਲਾਂ ਜਿਹੜੇ ਖਾਸ ਕੰਮ ਨੇ ਹੀਰ ਦਮੋਦਰ 'ਤੇ ਖੋਜ ਦਾ ਕੰਮ ਕੀਤਾ ਜੀ। ਅਤੇ ਜਿਹੜੀ ਇਹ ਕਿਤਾਬ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੁਣ ਆਪਾਂ ਕਹਿ ਸਕਦੇ ਟੈਕਸਟ ਬੁੱਕ ਦੇ ਤੌਰ 'ਤੇ ਲੱਗੀ ਹੋਈ ਹੈ ਜੀ ਇਹ। ਅਤੇ ਉਸ ਤੋਂ ਬਾਅਦ ਜਿਹੜੀ ਇੱਕ ਖਾਸ ਗੱਲ ਆ, ਬਾਕੀ ਕਿਤਾਬਾਂ ਕਾਵਿ ਸੰਗ੍ਰਹਿ ਬਾਰੇ ਵੀ ਆਪਾਂ ਪੜ੍ਹਨਾ ਹੈ,
ਮੇਰੇ ਅੰਦਰ ਇੱਕ ਸਮੁੰਦਰ, ਇਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰ ਲਈਏ ਆਪਾਂ, ਬਾਕੀ ਕਾਵਿ ਸੰਗ੍ਰਹਿਆਂ ਦੇ ਵਿੱਚ ਗੱਲ ਕਰਾਂਗੇ। ਜਿਹੜੀ ਮੇਰੇ ਅੰਦਰ ਇੱਕ ਸਮੁੰਦਰ ਜਗਤਾਰ ਦੀਆਂ ਗਜ਼ਲਾਂ ਦੀ ਪੁਸਤਕ 2001 ਦੇ ਵਿੱਚ ਆਈ, ਅਤੇ ਇਹਦੇ ਜਿਹੜਾ ਮੁੱਖਵੰਧ ਸੀਗਾ, ਮੁੱਖਵੰਧ ਦੇ ਤੌਰ 'ਤੇ ਪ੍ਰੋਫੈਸਰ ਊਧਮ ਸਿੰਘ ਸਾਹੀ, ਯਾਦ ਰੱਖਿਓ ਇਹਦਾ ਮੁੱਖਵੰਧ ਲਿਖਿਆ ਪ੍ਰੋਫੈਸਰ ਊਧਮ ਸਿੰਘ ਸਾਹੀ ਨੇ ਲਿਖਿਆ, ਅਤੇ ਉਹਦੇ ਵਿੱਚ ਜਿਹੜੀ ਖਾਸ ਗੱਲ ਲਿਖੀ ਸੀ, ਜ਼ਮਾਨਾ ਆਏਗਾ ਜਗਤਾਰ ਜਦ ਲੋਕ ਸਮਝਣਗੇ। ਇਹ ਬਹੁਤ ਜ਼ਰੂਰੀ ਆ, ਜ਼ਮਾਨਾ ਆਏਗਾ ਜਗਤਾਰ ਜਦ ਲੋਕ ਸਮਝਣਗੇ, ਅਤੇ ਮੁੱਖਵੰਧ ਦੇ ਵਿੱਚ ਲਿਖੀ ਗਈ ਆ ਜੀ ਪ੍ਰੋਫੈਸਰ ਊਧਮ ਸਿੰਘ ਸਾਹੀ ਵੱਲੋਂ, ਅਤੇ ਮੇਰੇ ਅੰਦਰ ਇੱਕ ਸਮੁੰਦਰ ਦੇ ਵਿੱਚ। ਇਹ 3-4 ਗੱਲਾਂ ਨੂੰ ਧਿਆਨ 'ਚ ਰੱਖਿਓ। ਅਗਲੀ ਗੱਲ ਇਹਦੇ ਵਿੱਚ ਜਗਤਾਰ ਦੀਆਂ ਗਜ਼ਲਾਂ ਨੂੰ ਸਮਝਣ ਦੇ ਲਈ ਇਹ ਕੁੰਜੀ ਦਾ ਕੰਮ ਦਿੰਦਾ, ਮੇਰੇ ਅੰਦਰ ਇੱਕ ਸਮੁੰਦਰ ਜਿਹੜਾ, ਮੇਰੇ ਅੰਦਰ ਇੱਕ ਸਮੁੰਦਰ ਇੱਕ ਕੁੰਜੀ ਦਾ ਕੰਮ ਕਰਦਾ ਜੀ। 384 ਸਫ਼ਿਆਂ ਦੀ ਇਹ ਪੁਸਤਕਾਂ ਅਤੇ 268 ਗਜ਼ਲਾਂ ਨੇ ਇਹਦੇ ਵਿੱਚ, ਜਿੰਨੀ ਵਿਦਵਤਾ ਅਤੇ ਗਹਿਰਾਈ ਨਾਲ ਇਹ ਲਿਖਿਆ ਗਿਆ ਜੀ, ਉਹਨਾਂ ਜਗਤਾਰ ਬਾਰੇ ਕਿਸੇ ਹੋਰ ਲੇਖਕ ਬਾਰੇ ਨਹੀਂ ਪੜ੍ਹਿਆ, ਜਿਸ ਵਿਦਵਾਨ ਨੇ ਦੱਸਿਆ ਉਹਦੇ ਵੱਲੋਂ ਇਹ ਕਹੇ ਗਏ ਸ਼ਬਦ ਨੇ ਜੀ। ਅਤੇ ਇਸ ਸੰਗ੍ਰਹਿ ਵਿੱਚ ਮੇਰੇ ਅੰਦਰ ਇੱਕ ਸਮੁੰਦਰ, ਸੀਸੇ ਦਾ ਜੰਗਲ ਜੰਜੀਰਿਆਂ ਵਿੱਚ ਘਿਰਿਆ ਸਮੁੰਦਰ, ਯੁੱਗ ਨੂੰ ਦੀਵਾ ਅਤੇ ਦਰਿਆ ਅਤੇ ਅੱਖਾਂ ਵਾਲੀਆਂ ਪੈੜਾਂ ਸ਼ਾਮਲ ਹਨ। ਇਹ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਅਤੇ ਇਹ ਖਾਸ ਸੀਗਾ। ਅਤੇ ਇਹ ਕਿਤਾਬ ਆ ਜਿਹੜੀ ਦੀਪ ਪਬਲਿਸ਼ਰ ਨੇ ਛਾਪੀ ਹੈ ਜੀ। 3-4 ਗੱਲਾਂ ਖਾਸ ਸੀਗੀਆਂ ਜੀ ਇਹ ਮੇਰੇ ਅੰਦਰ ਇੱਕ ਸਮੁੰਦਰ ਬਾਰੇ। ਹੁਣ ਆਪਾਂ ਜਿਹੜੀ ਅਗਲੀ ਗੱਲ ਕਰਨੀ ਆ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਸਾਂਝ ਬਣਾਉਣੀ ਹੈ ਜੀ। ਬਾਕੀ ਜਿਹੜਾ ਅਨੁਵਾਦ ਦਾ ਕੰਮ ਕਾਫੀ ਕੀਤਾ ਉਹ ਆਪਾਂ ਵੱਖਰੀ ਗੱਲ ਕਰਾਂਗੇ, ਪਰ ਜਿਹੜਾ ਆਧੁਨਿਕ ਪੰਜਾਬੀ ਕਾਵਿ ਅਤੇ ਖੋਜ ਦਾ ਕੰਮ ਕੀਤਾ, ਕਿੱਸਿਆਂ ਦੇ ਵਿੱਚੋਂ ਅਰਬੀ, ਫਾਰਸੀ ਅਤੇ ਸੰਸਕ੍ਰਿਤ ਦੇ 200 ਸ਼ਬਦਾਂ ਦਾ ਤਕਰੀਬਨ ਸ਼ਬਦਾਂ ਅਤੇ ਮੁਹਾਵਰਿਆਂ ਦਾ ਪੰਜਾਬੀ ਵਿੱਚ ਤਰਜਮਾ ਕੀਤਾ, ਇਹ ਇੱਕ ਵੱਖਰੀ ਗੱਲ ਆ। ਖਾਸ ਗੱਲ ਇਹ ਵੀ ਤੁਸੀਂ ਧਿਆਨ 'ਚ ਰੱਖਿਓ, ਕਾਵਿ ਨਮੂਨਾ ਜਿਹੜਾ, ਜਿਹੜੀ ਰਚਨਾ ਤੁਸੀਂ ਸਾਹਮਣੇ ਸਕਰੀਨ 'ਤੇ ਦੇਖ ਰਹੇ ਹੋਵੋਗੇ, ਸਭ ਨੇ ਪੜ੍ਹੀ ਹੋਣੀਆਂ, ਸੁਣੀ ਹੋਣੀਆਂ, ਅਤੇ ਕਮਾਲ ਦੀ ਹੈ। ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਅਤੇ ਬਹੁਤ ਕਮਾਲ ਦੀ ਹੈ ਰਚਨਾ, ਅਤੇ ਬੈਠੇ ਨੂੰ ਮਤਲਬ ਜਿਹੜਾ ਕਿ ਜ਼ਿੰਦਗੀ 'ਚ ਹਾਰ ਕੇ ਬੈਠ ਚੁੱਕਾ ਉਹਨੂੰ ਅੱਗੇ ਤੋਰਨ ਵਾਲੀ ਜ਼ਿੰਦਗੀ 'ਚ ਇੱਕ ਖਾਸ ਰਚਨਾ ਜੀ ਇਹ, ਅਤੇ ਪੜ੍ਹੀ ਸੁਣੀ ਸਭ ਨੇ ਹੋਣੀਆਂ, ਅਤੇ ਇਹਨੂੰ ਤੁਸੀਂ ਦੇਖ ਵੀ ਲਿਓ, ਧਿਆਨ 'ਚ ਰੱਖਿਓ, ਕਿਉਂਕਿ ਹਰ ਇੱਕ ਸ਼ਬਦ ਤੁਹਾਡੇ ਇਮਤਿਹਾਨ ਦੇ ਪੱਖ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਜੀ। ਅਗਲੀ ਗੱਲ ਜਿਹੜੀ ਖਾਸ ਆਪਣੇ ਕੋਲ ਕਾਵਿ ਸੰਗ੍ਰਹਿ ਬਾਰੇ ਗੱਲ ਕਰਦੇ ਹਾਂ, ਪਹਿਲਾਂ ਰੁੱਤਾਂ ਰਾਂਗਲੀਆਂ। ਰੁੱਤਾਂ ਰਾਂਗਲੀਆਂ 1957 ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਜੀ, ਅਤੇ ਤਲਖੀਆਂ ਰੰਗੀਨੀਆਂ ਨੇ ਜਿਹੜੀਆਂ 1960 ਦੇ ਵਿੱਚ, ਅਤੇ ਜਿਹੜਾ ਇਹ ਸਾਲ ਲਿਖੇ ਹੁੰਦੇ ਆ ਨਾ 57-60 ਲਿਖਿਆ, ਕਈ ਕਿਤਾਬਾਂ 'ਤੇ ਥੋੜ੍ਹਾ ਬਹੁਤਾ ਫਰਕ ਆ, ਪਰ ਫਿਰ ਵੀ ਅਸੀਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ, ਜੇ ਤੁਹਾਡੇ ਧਿਆਨ ਦੇ ਵਿੱਚ ਆ ਗੱਲ ਕੋਈ ਤਾਂ ਵੀ ਜ਼ਰੂਰ। ਅਤੇ ਅਗਲੀ ਗੱਲ ਹੈ ਜਿਹੜੀ ਦੁੱਧ ਪੱਥਰੀ 1961 ਦੇ ਵਿੱਚ, ਅਧੂਰਾ ਆਦਮੀ 1967 ਦੇ ਵਿੱਚ, ਲਹੂ ਦੇ ਨਕਸ਼ 1973 ਦੇ ਵਿੱਚ, ਸ਼ਾਂਗਿਆ ਰੁੱਖ 1976 ਦੇ ਵਿੱਚ, ਸੀਸੇ ਦੇ ਜੰਗਲ 1980 ਦੇ ਵਿੱਚ, ਜੰਜੀਰਿਆਂ ਵਿੱਚ ਘਿਰਿਆ ਸਮੁੰਦਰ 1985 ਦੇ ਵਿੱਚ, ਚੁਨੱਕਰੀ ਸਾਮ 1990 ਦੇ ਵਿੱਚ, ਯੁੱਗ ਨੂੰ ਦੀਵਾ ਅਤੇ ਦਰਿਆ 1992 ਦੇ ਵਿੱਚ, ਅੱਖਾਂ ਵਾਲੀਆਂ ਪੈੜਾਂ 99 ਦੇ ਵਿੱਚ, ਪ੍ਰਵੇਸ਼ ਦੁਆਰ 2003 ਦੇ ਵਿੱਚ, ਮੋਮ ਦੇ ਲੋਕ 2006 ਦੇ ਵਿੱਚ। ਜਿਹੜੀ ਇਹ ਕਾਵਿ ਸੰਗ੍ਰਹਿ ਨੇ ਜੀ ਉਹਨਾਂ ਦੇ, ਅਤੇ ਇਹਨਾਂ ਨੂੰ ਯਾਦ ਕਰਨ ਦਾ ਢੰਗ ਜਿਵੇਂ ਆਪਾਂ ਅੱਗੇ ਦੱਸ ਦਿੰਦੇ ਹਾਂ ਉਹ ਵੀ ਦੱਸਾਂਗੇ। ਫਿਲਹਾਲ ਤੁਸੀਂ ਇਹਨਾਂ ਨੂੰ ਇੱਕ ਵਾਰੀ ਧਿਆਨ 'ਚ ਰੱਖ ਲਓ ਕਿ ਕਿਤਾਬ ਜਿਹੜੀ ਕਾਵਿ ਸੰਗ੍ਰਹਿ ਨੇ ਹੈ ਕਿਹੜੇ ਕਿਹੜੇ ਨੇ, ਪਹਿਲਾਂ ਤਾਂ ਇਹੀ ਗੱਲ ਜ਼ਰੂਰੀ ਹੈ, ਅਤੇ ਉਸ ਤੋਂ ਬਾਅਦ ਕਿਹੜੇ ਸਾਲ ਦੇ ਵਿੱਚ ਆਏ ਅਤੇ ਕਿਵੇਂ ਇਹਨੂੰ ਯਾਦ ਰੱਖਣਾ ਉਹ ਆਪਾਂ ਅਗਲੀ ਜਿਹੜੀ ਵੀਡੀਓ ਉਹਦੇ ਵਿੱਚ ਦੱਸਾਂਗੇ ਤੁਹਾਨੂੰ, ਵਾਧਾ ਰਿਹਾ। ਨਾਲ ਦੀ ਨਾਲ ਮਾਣ ਸਨਮਾਨ ਨੇ ਜਿਹੜੀ ਉਹਨਾਂ ਬਾਰੇ ਥੋੜ੍ਹੀ ਜਿਹੀ ਗੱਲ ਕਰ ਲਈਏ ਸੰਖੇਪ 'ਚ। ਢੁੱਡੀ ਕੇ ਪੁਰਸਕਾਰ ਮਿਲਿਆ 1980 ਦੇ ਵਿੱਚ, ਪੰਜਾਬ ਆਰਟਸ ਕੌਂਸਲ ਵੱਲੋਂ ਇਨਾਮ ਮਿਲਿਆ ਜੀ 1980 ਦੇ ਵਿੱਚ, ਭਾਸ਼ਾ ਵਿਭਾਗ ਸ਼੍ਰੋਮਣੀ ਕਵੀ ਪੁਰਸਕਾਰ ਮਿਲਿਆ 1991 ਦੇ ਵਿੱਚ, ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਮਿਲਿਆ 1992 ਦੇ ਵਿੱਚ, ਦਵਿੰਦਰ ਜੋਸ ਯਾਦਗਾਰੀ ਪੁਰਸਕਾਰ ਮਿਲਿਆ 1992 ਅਤੇ ਸਰਵਨ ਸਿੰਘ ਸਿੱਧੂ ਪੁਰਸਕਾਰ ਮਿਲਿਆ 1995 ਦੇ ਵਿੱਚ, ਅਤੇ ਜਿਹੜਾ ਖਾਸ ਤੌਰ 'ਤੇ ਜਿਹੜਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਉਹ ਸਵਾਲ ਤੁਹਾਡੇ ਲਈ ਕਿ ਕਿਸ ਪੁਸਤਕ ਨੂੰ ਮਿਲਿਆ ਅਤੇ ਕਿਹੜੇ ਸਾਲ ਦੇ ਵਿੱਚ ਮਿਲਿਆ, ਉਹ ਸਵਾਲ ਤੁਹਾਡੇ ਲਈ ਹੈ ਜੀ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਡਾਕਟਰ ਜਗਤਾਰ ਦੀ ਕਿਹੜੀ ਪੁਸਤਕ ਨੂੰ ਮਿਲਿਆ ਅਤੇ ਕਿਹੜੇ ਸਾਲ 'ਚ ਮਿਲਿਆ, ਇੱਕ ਸਵਾਲ ਇਹ। 2-4 ਸਵਾਲ ਜਿਹੜੇ ਪਹਿਲਾਂ ਆਪਾਂ ਕਰ ਚੁੱਕੇ ਹਾਂ, ਉਹ ਸਵਾਲਾਂ ਦੇ ਜਵਾਬ ਜ਼ਰੂਰ ਹਾਜ਼ਰੀ ਲਵਾਇਓ, ਅਤੇ ਵੱਧ ਤੋਂ ਵੱਧ ਜਿਹੜੀ ਪਹਿਲਾਂ ਅਪੀਲ ਕੀਤੀ ਸੀ, ਇੱਕ ਸਾਂਝ ਬਣਾਈ ਸੀ ਭਾਈਚਾਰਕ ਸਾਂਝ, ਉਹ 'ਤੇ ਗੌਰ ਕਰਿਓ, ਚੈਨਲ ਨੂੰ ਨਾਲ ਆਪਣਾ ਬਣਾ ਕੇ ਰੱਖਣ ਦੇ ਲਈ। ਹੋ ਸਕਿਆ ਸਾਂਝ ਵਧੀਆ ਬਣਾਉਂਦੇ ਰਹੇ ਤਾਂ ਆਪਾਂ ਵੱਧ ਤੋਂ ਵੱਧ ਵੀਡੀਓ ਲੈ ਕੇ ਆਵਾਂਗੇ ਸਿਲੇਬਸ ਦੇ ਮੁਤਾਬਕ। ਅਤੇ ਫਿਲਹਾਲ ਅੱਜ ਲਈ ਵੀਡੀਓ ਆਪਾਂ ਇੱਥੇ ਰੋਕ ਦਿੰਦੇ ਹਾਂ। ਜਿਹੜੇ ਕਾਵਿ ਵਿਸ਼ੇ ਕਵਿਤਾਵਾਂ ਦੇ ਵਿੱਚ ਕੀ ਗੱਲ ਕੀਤੀ ਗਈ ਆ, ਅਤੇ ਉਹ ਸਾਰੀਆਂ ਹੀ ਗੱਲਾਂ ਆਪਾਂ ਅੱਗੇ ਤੁਹਾਡੇ ਨਾਲ ਸਾਂਝ ਬਣਾਵਾਂਗੇ। ਇਹ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਨੇ ਤੁਹਾਡੇ ਕਮੈਂਟਾਂ ਦੇ ਵਿੱਚ ਆਉਣਗੇ, ਅਤੇ ਆਪਾਂ ਸਹੀ ਕੀ ਜਵਾਬ ਨੇ ਉਹ ਇੱਕ ਵੱਖਰੀ ਵੀਡੀਓ ਬਣਾਇਆ ਕਰਾਂਗੇ ਅਲੱਗ।
ਅਤੇ ਨਾਲ ਦੀ ਨਾਲ ਆਪਾਂ ਦੱਸਿਆ ਕਰਾਂਗੇ ਕਿ ਕਿਹੜਾ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਸਭ ਤੋਂ ਵੱਧ ਸਰਗਰਮ ਮੈਂਬਰ ਰਿਹਾ, ਉਹਦਾ ਨਾਮ ਵੀ ਲਵਾਂਗੇ। ਜਿਵੇਂ ਪਿਛਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕੀਤੀ ਸਾਡੇ ਇੱਕ ਮੈਂਬਰ ਨੇ ਜਗਸੀਰ ਸਿੰਘ ਨੇ, ਅਤੇ ਉਹਦੇ ਲਈ ਬਹੁਤ ਬਹੁਤ ਵਧਾਈ ਦਾ ਪਾਤਰ ਆ। ਪਰ ਹੁਣ ਆਪਾਂ ਅੱਗੇ ਤੋਂ ਸਾਰੇ ਹੀ ਜਿੰਨੇ ਕੁ ਮੈਂਬਰ ਨੇ ਸਰਗਰਮ ਰਹਿਣ ਦੀ ਕੋਸ਼ਿਸ਼ ਕਰਨੀ ਹੈ, ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਆ, ਸਭ ਤੱਕ ਨੋਟਿਸ ਜਿੰਨੇ ਕੁ ਸਾਡੇ ਕੋਲ ਮਿਲਣਗੇ, ਅਸੀਂ ਹੱਥੀਂ ਬਣਾਏ ਹੋਏ ਵਿਸਕ ਜਾਂ ਦੂਜੇ ਪ੍ਰਿੰਟਡ ਹੋਣਗੇ, ਜੋ ਵੀ ਆ PDF ਰੂਪ ਦੇ ਵਿੱਚ ਜਿਵੇਂ ਵੀ ਸਾਡੇ ਤੱਕ ਜਿਹੜਾ ਵੀ ਸਿਲੇਬਸ ਨਾਲ ਸੰਬੰਧਿਤ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਚਲੋ ਫਿਲਹਾਲ ਅੱਜ ਲਈ ਦਿਓ ਇਜਾਜ਼ਤ, ਧੰਨਵਾਦ, ਰੱਬ ਰਾਖਾ।